ਰਵਾਇਤੀ ਨਾਚ ਅਤੇ ਸੰਗੀਤਕ ਤੁਨਾ ਨਾਲ ਪ੍ਰਸਿੱਧ ਸਰਸ ਮੇਲੇ ਦੀ ਸ਼ੁਰੂਆਤ ਸੰਗਰੂਰ ਦੇ ਸਰਕਾਰੀ ਰਣਵੀਰ ਕਾਲਜ ਮੈਦਾਨ ਵਿੱਚ ਹੋ ਗਈ ਹੈ 10 ਦਿਨਾਂ ਤੱਕ ਚੱਲਣ ਵਾਲੇ ਇਸ ਖੇਤਰੀ ਸਰਸ ਮੇਲੇ ਦੌਰਾਨ ਵੱਖ-ਵੱਖ ਸੁਭਿਆਤੋਂ ਆਏ ਕਲਾਕਾਰ, ਸ਼ਿਲਪਕਾਰ, ਦਸਤਕਾਰ ਅਤੇ ਖਾਨ ਸਮੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ ਇਸ ਮੇਲੇ ਵਿੱਚ 200 ਤੋਂ ਵੱਧ ਸਟਾਲ ਲਗਾਏ ਗਏ ਨੇ ਜਿਸ ਵਿੱਚ ਹੁਨਰਮੰਦ ਕਾਰੀਗਰਾਂ ਵੱਲੋਂ ਤਿਆਰ ਕੀਤਾ ਗਿਆ ਸਮਾਨ, ਰਵਾਇਤੀ ਪਹਿਰਾਵੇ ਆਦਿ ਪ੍ਰਦਰਸ਼ਿਤ ਕੀਤੇ ਗਏ ਨੇ ਸੰਗਰੂਰ ਦੇ ਸਰਸ ਮੇਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣਾ ਸੰਗਰੂਰ ਅਤੇ ਸਰਸ ਮੇਲੇ ਨਾਮ ਦੇ ਸੈਲਫੀ ਪੁਆਇੰਟ ਬਣਾਏ ਗਏ ਨੇ ਜਿੱਥੇ ਨੌਜਵਾਨ ਉਤਸ਼ਾਹ ਨਾਲ ਯਾਦਗਾਰੀ ਤਸਵੀਰਾਂ ਖਿੱਚਵਾ ਰਹੇ ਨੇ ਵਿੱਤ ਦਿਨ ਮੇਲੇ ਦੇ ਉਦਘਾਟਨੀ ਸਮਾਗਮ ਦੌਰਾਨ ਮੁਰਲੀ ਰਾਜਸਥਾਨੀ ਕਾਲਬੇਲੀਆ ਲੰਗਾ ਮੰਗਣੀ ਹਰ ਰਾਜਸਥਾਨੀ ਨਾਚ ਸਣੇ ਹੋਰ ਰਵਾਇਤੀ ਲੋਕ ਬੰਕੀਆਂ ਪੇਸ਼ ਕੀਤੀਆਂ ਗਈਆਂ ਇਸ ਮੌਕੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਸੂਬਾ ਵਾਸੀਆਂ ਨੂੰ ਸਰਸ ਮੇਲੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਉਹਨਾਂ ਕਿਹਾ ਕਿ ਇਹ ਬਿਹਤ ਖੁਸ਼ੀ ਦਾ ਮੌਕਾ ਹੈ ਜਦੋਂ ਦੇਸ਼ ਭਰ ਤੋਂ ਕਲਾਕਾਰ ਤੇ ਕਾਰੀਗਰ ਇੱਕ ਮੰਚ ਤੇ ਇਕੱਠੇ ਹੋ ਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਰਹੇ ਨੇ